ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਆម ਆਦਮੀ ਪਾਰਟੀ ਜਿੱਤੀ ਹੁਣ ਮੰਥਨ ਕੀਤਾ ਜਾ ਰਿਹਾ ਹੈ ਕਿ ਕੀ ਵਜ੍ਹਾ ਰਹੀ ਕੀ ਕਮੀ ਆ ਰਹੀਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਟਿਆਲਾ ਤੇ ਫਿਰੋਜ਼ਪੁਰ ਦੀ ਸੀਟ ਤੇ ਮੰਥਨ ਕੀਤਾ ਗਿਆ ਬਾਕੀ ਸੀਟਾਂ ਤੇ ਆਉਣ ਵਾਲੇ ਦਿਨਾਂ 'ਚ ਮੰਥਨ ਕੀਤਾ ਜਾਏਗਾ ਦੇਵਾਨ ਮੇਰੇ ਨਾਲ ਨੇ ਮਾਨਸਾ ਪਟਿਆਲਾ ਕਿੱਥੇ ਕਮੀ ਰਹੀ ਕਿਉਂਕਿ 13 ਸੀਟਾਂ ਜਿੱਤਣ ਦਾ ਜ਼ਿਕਰ ਕੀਤਾ ਜਾ ਰਿਹਾ ਸੀਗਾ ਹੁਣ ਵਿਰੋਧੀ ਤੰਜ ਕੱਸ ਰਹੇ ਨੇ ਕਿ ਇੱਕ ਆ ਚਲਾ ਗਿਆ ਤਿੰਨ ਬਚੇ ਨੇ ਤਾਂ ਕਿੱਥੇ ਕਮੀ ਰਹੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਲੋਕ ਸਭਾ ਪਟਿਆਲਾਸੀਂ ਹਾਰੇ ਆਂ ਔਰ ਮੈਂ ਬਤਾ ਰਿਹਾ ਐ ਐਮ ਐਲ اے ਇਹ ਗੱਲ ਐਕਸੈਪਟ ਕਰਦਾ ਕਿ ਹਾਰ ਹਾਰੀ ਐ ਠੀਕ ਐ ਜੀ ਔਰ ਇਹਦੇ ਵਿੱਚ ਆਪਾਂ ਇੰਪਰੂਵ ਕਿਵੇਂ ਕਰ ਸਕਦੇ ਆ ਕਿੱਥੇ ਕਿੱਥੇ ਕਮੀਆਂ ਬਿਸ਼ੇ ਬੇਸ਼ੱਕ ਕਿਸੇ ਨਾਬਾ ਨੈਕ ਟੁੰਨੇ ਗਏ ਆਂ ਕੋਈ ਬਹੁਤ ਵੱਡੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਬਾਕੀ ਹਲਕਿਆਂ ਦੇ ਵਿੱਚ ਕਾਫੀ ਡਾਊਨ ਗਏ ਆ ਜਿੱਥੇ ਉੱਥੇ ਸੋਚਣ ਦੀ ਜ਼ਰੂਰਤ ਐ ਕੀ ਮੁੱਖ ਮੰਤਰੀ ਨੂੰ ਕੀ ਦੱਸਿਆ ਕੀ ਰਿਪੋਰਟ ਕਰ ਦਿੱਤੀ ਕਿ ਇਹ ਕਮੀਆਂ ਜਾਂ ਇਹ ਵਜਾ ਕਰਕੇ ਆ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਚਾਰ ਨੂੰ ਰਿਜ਼ਲਟ ਆਉਂਦੇ ਆ ਅੱਜ 7 ਰਿਗ ਮਹਿਜ਼ ਮੀਟਿੰਗ ਰੱਖਲੀ ਐ ਮੁੱਖ ਮੰਤਰੀ ਸਾਹਿਬ ਨੇ ਔਰ ਉਹਨਾਂ ਨੇ ਇੱਕ ਇੱਕ ਐਮ ਐਲ اے ਸਾਡੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਵਿਜਦਾ ਸਿਹਤ ਮੰਤਰੀ ਨੇ ਸਾਡੇ ਜਿਹਨੇ ਚੇਅਰਮੈਨ ਸਾਹਿਬਾਨ ਸਾਡੇ ਅਹੁਦੇਦਾਰ ਸਹਿਬਾਨ ਕੱਲੇ-ਕੱਲੇ ਤੋਂ ਫੀਡਬੈਕ ਲਈ ਔਰ ਨੋਟ ਕੀਤਾ ਜਿਹਦਾ ਚੰਗ ਕਮੀਆਂ ਨਹੀਂ ਆ ਕਮੀਆਂ ਦੇਖੋ ਜਿਵੇਂ ਮਤਲਬ ਇੱਕ ਤਾਂ ਜੀ ਬੀ ਜੀ ਪੀ ਦਾ ਜਿਹੜਾ ਮਤਲਬ ਚੱਲਿਆ ਕਿ ਬੀ ਜੀ ਪੀ ਜਿਹੜੀ ਹੈ ਬਹੁਤ ਜ਼ਿਆਦਾ ਐਕਸਟਰਾ ਵੋਟ ਲਈ ਹੈ ਸ਼ਹਿਰਾਂ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਜਿੱਥੇ ਉਹਨੂੰ ਬੜਨ ਨਹੀਂ ਸੀ ਦਿੱਤਾ ਜਾ ਰਿਹਾ ਉੱਥੇ ਵੀ 20 20 50 ਕਈ ਬੰਨਾਂ ਦਾ 100 100 ਵੋਟ ਵੀ ਲਈ ਹੈ ਵੀ ਕਿਵੇਂ ਲਈ ਹੈ ਉਹਨੇ ਉਹ ਉਹਨਾਂ ਦੀ ਆਪਣੀ ਰਣਨੀਤੀ ਹੈ ਬੀਜੇਪੀ ਦਾ ਆਪਣਾ ਅਜੰਡਾ ਹੈ ਅਸੀਂ ਸਰਕਾਰ ਦੇ ਵਿੱਚ ਆ ਔਰ ਅਸੀਂ ਇੱਕ ਅੱਛੀ ਜਿਹੜੀ ਹੈ ਸਰਕਾਰ ਜਿਹੜੀ ਹੈ ਚੱਲ ਰਹੀ ਹੈ ਇਹਨੂੰ ਅੱਛੀ ਤਰੀਕੇ ਨਾਲ ਅੱਗੇ ਚਲਾਇਆ ਜਾਵੇ ਔਰ ਲੋਕਾਂ ਦੇ ਵਿੱਚ ਜਿਹੜੀ ਕੋਈ ਕਮੀ ਪੇਸ਼ੀ ਹੈ ਜਿਸ ਜਿਹਨੂੰ ਲੈ ਕੇ ਗਰੀਬਾਂ ਨੂੰ 扑ਕਾਇਗਾ ਤੁਹਾਡੀ ਕਣਕ ਬੰਦ ਹੋ ਗਈ ਤੁਹਾਡੀ ਗਣ ਘਟ ਗਈ 30 ਤੋਂ 10000 ਰਾਸ਼ਨ ਕਾਰਡ ਕੱਟੇ ਜਿਹੜਾ ਚਰਚਾ ਸੀ ਇਹ ਬਹੁਤ ਕੁਛ ਇਦਾਂ ਦਾ ਸਾਹਮਣੇ ਦੇਖਣ ਨੂੰ ਆਇਆ ਜੋ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਨਾ ਉਹ ਪਿੰਡਾਂ 'ਚ ਮੀਡੀਆ ਕਰ ਕਰਕੇ ਅਸੀਂ ਕਲੀਅਰ ਕਰਾਂਗੇ ਹਜ਼ਾਰ ਹਜ਼ਾਰ ਵੀ ਵੀਕਟਰ ਹਜ਼ਾਰ ਹਜ਼ਾਰ ਰੁਪਏ ਦੇ ਫੈਕਟਰੀ ਆ ਜੀ ਉਹ ਰਿਹਾ ਫੈਕਟਰੀ ਜੀ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਹਜ਼ਾਰ ਨਹੀਂ ਅਸੀਂ 1100 ਦਵਾਂਗੇ ਜੀ ਬਹੁਤ ਜਲਦੀ ਇਹ ਇੱਕ ਖੁਸ਼ਖਬਰੀ ਪੰਜਾਬ ਨੂੰ ਮਿਲਣ ਵਾਲੀ ਹੈ ਜੀ ਦੂਸਰਾ ਕੈਬਨਿਟ 'ਚ ਇੱਕ ਥਾਂ ਖਾਲੀ ਹੋ ਗਈ ਕੋਈ ਗੱਲਬਾਤ ਹੋਈ ਕਿਹੜੀ ਥਾਂ ਭਰੀ ਜਾਏਗੀ ਕਿਉਂਕਿ ਮੀਥੇਰ ਹੁਣ ਚਲੇਗੇ ਉਹਨਾਂ ਦੀ ਥਾਂ ਕਿਸ ਨੂੰ ਭਰਿਆ ਜਾਏਗਾ ਪਟਿਆਲੇ 'ਚ ਕਿਸੇ ਨੂੰ ਮੌਕਾ ਮਿਲੇਗਾ ਜਾਂ ਕਿਤੇ ਹੋਰ ਮਿਲੋ ਦੇਖੋ ਇਹਦੇ ਬਾਰੇ ਨਹੀਂ ਕੋਈ ਵਿਚਾਰ ਚਰਚਾ ਹੋਈ ਔਰ ਇਹ ਇਹ ਵਿਚਾਰ ਚਰਚਾ ਕਰਨਾ ਸਾਡਾ ਵਿਸ਼ਾ ਵੀ ਨਹੀਂ ਇਹ ਹਾਈ ਕਮਾਂਡ ਦਾ ਫੈਸਲਾ ਇਹ ਅਰਵਿੰਦ ਕੇਜਰੀਵਾਲ ਸਾਹਿਬ ਸਾਡੀ ਮ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਦਾ ਵਿਸ਼ਾ ਜੀ ਉਹਨਾਂ ਨੇ ਕਰਨਾ ਇੱਥੇ ਕੋਈ ਚਰਚਾ ਨਹੀਂ ਦੂਸਰਾ ਵੀ ਕੰਗਨਾ ਰਣਾਵਤ ਨੂੰ ਲੈ ਕੇ ਜੋ ਕੰਟਰੋਵਰਸੀ ਹੋਈ ਹੈ ਤੁਸੀਂ ਉਸ ਕੰਟਰੋਵਰਸੀ ਨੂੰ ਕਿਵੇਂ ਦੇਖਦੇ ਦੇਖੋ ਮੈਂ ਪਹਿਲਾਂ ਸਾਡੀ ਅਦਾਕਾਰ ਪਹਿਣਾ ਮੈਂ ਬੇਨਤੀ ਕਰਦਾ ਕਿ ਅਸੀਂ ਕੋਈ ਵੀ ਤੁਸੀਂ ਉਹਨ ਇੱਕ ਜ਼ਿੰਮੇਵਾਰ ਵਿਅਕਤੀ ਪਹਿਲਾਂ ਅਦਾਕਾਰ ਸੀ ਕਿ ਹੁਣ ਤੁਸੀਂ ਮੈਂਬਰ ਪਾਰਲੀਮੈਂਟ ਵੀ ਬਣ ਗਏ ਕੋਈ ਵੀ ਚੀਜ਼ ਸੋਚ ਸਮਝ ਕੇ ਕਰੋ ਮਤਲਬ ਉਦਾਂ ਆਪਾਂ ਕਿਸਾਨ ਸਾਡੀ ਬੈਕਬੋਨ ਹੈ ਸਾਡੇ ਦੇਸ਼ ਦੀ ਬੈਕਬੋਨ ਹੈ ਔਰ ਦੇਸ਼ ਦੇ ਵਿੱਚ ਅਗਲੀ ਕ੍ਰਾਂਤੀ ਜਿਹੜੀ ਹੈ ਉਹ ਕਿਸਾਨ ਦੀ ਰੈਵਲੂਸ਼ਨ ਆ ਰਹੀ ਆ ਠੀਕ ਹੈ ਨਾ ਖੇਤੀ ਖੇਤੀ ਕ੍ਰਾਂਤੀ ਅਗਲਾ ਰੈਵਲੂਸ਼ਨ ਹੈ ਜੀ ਔਰ ਉਹੋ ਦੇਸ਼ ਦਾ ਜਿਹੜਾ ਜੀਡੀਪੀ ਨੂੰ ਔਰ ਕਿਸਾਨ ਦੀ ਇਨਕਮ ਨੂੰ ਡਬਲ ਕਰੇਗਾ ਤੇ ਕਿਸਾਨ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਕੰਗਨਾ ਕੱਲ ਵੀ ਕਹਿੰਦੀ ਨਜ਼ਰ ਆਈ ਪੰਜਾਬ ਚੱਤਵਾਦ ਖਾਲਿਸਤਾਨ ਬਣਾ ਪਰਿਆ ਦੇਖੋ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ ਜੀ ਪੰਜਾਬ ਦੇ ਵਿੱਚ ਬਹੁਤ ਲੋਕ ਤਿਸਪਲੀ ਰਹਿ ਰਹੇ ਆ ਔਰ ਪੰਜਾਬ ਦੇ ਲੋਕਾਂ ਨੇ ਬੜਾ ਕੁਝ ਹੰਡਾਇਆ ਪਹਿਲਾਂ ਜੀ ਪੰਜਾਬ ਦੇ ਲੋਕ ਹੋਰ ਨਹੀਂ ਚਾਹੁੰਦੇ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜੋ ਮਿਲ ਰਿਹਾ ਕਿਸਾਨ ਨੂੰ ਖੇਤਾਂ 'ਚ ਪਾਣੀ ਮਿਲ ਰਿਹਾ ਨਹਿਰ ਦਾ ਔਰ ਕਿਸਾਨ ਨੂੰ ਘਰ ਦੇ ਵਿੱਚ ਬਿਜਲੀ ਔਰ ਖੇਤ ਦੇ ਵਿੱਚ ਬਿਜਲੀ ਮੁਫਤ ਮਿਲ ਰਹੀ ਹੈ ਗਰੀਬਾਂ ਨੂੰ ਜਿਹੜਾ ਜੀ ਰਾਸ਼ਨ ਮਿਲ ਰਿਹਾ ਗਰੀਬਾਂ ਦੇ ਬੱਚਿਆਂ ਨੂੰ ਸਾਰਿਆਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਇਸ ਤੋਂ ਇਲਾਵਾ ਹਸਪਤਾਲ ਜਿਹੜੀ ਅਨਦੀ ਮਹਾਰ ਚੇਂਜ ਹੋ ਰਹੀ ਹੈ ਨਵੀਆਂ ਮਸ਼ੀਨਾਂ ਆ ਰਹੀਆਂ ਨੇ ਨਵੇਂ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਜਿਹੜੀ ਜੀ ਬੀਬੀ ਨੇ ਥੱਪੜ ਮਾਰਿਆ ਉਸੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਉਹਨਾਂ ਦੇ ਹੱਕ ਚ ਆਈਆਂ ਐਫ ਆਈ ਆਰ ਹੋਣ ਦੀ ਚਰਚਾ ਹੋ ਰਹੀ ਹੈ ਦੇਖੋ ਮੈਂ ਇਹ ਫੀਡਬੈਕ ਮੈਂ ਚੈੱਕ ਨਹੀਂ ਕਿ ਮੈਂ ਤਾਂ ਹੁਣ 3 ਘੰਟੇ ਬਾਅਦ ਬਾਹਰ ਨਿਕਲਿਆ ਜਿਹੜੇ ਕਿਸਾਨ ਜਿੱਤੇ ਬੰਦੀ ਹੱਕ ਲਈ ਜੀ 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 ਨਹੀਂ ਮੈਂ ਮੈਂ ਵੀ ਕਿਸਾਨਾਂ ਦੇ ਹੱਕ ਜਾਂਦਾ ਮੈਂ ਮਜ਼ਦੂਰ ਦਾ ਪੁੱਤ ਆ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਪਰ ਮੈਂ ਕਿਸਾਨ ਦਾ ਪੁੱਤ ਆ ਮੈਂ ਹਮੇਸ਼ਾ ਕਿਸਾਨ ਦੇ ਨਾਲ ਆ ਔਰ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਕੋਈ ਵੀ ਅਨਦਾਤ ਨੂੰ ਕਿਸਾਨ ਨੂੰ ਕੋਈ ਗਲਤ ਬੋਲਦੇ ਚਲੋ ਸੰਗਤ ਜੀ ਇਹ ਸੰਦੇਵਮਨ ਆਪਣੇ ਸਹਿਯੋਗੀ ਰਜਿੰਦਰ ਦੇ ਨਾਲ ਪੰਕਿਕਪਈ ਨਿਊਜ਼ ਦੇ ਟੈਨਸ਼ਨ ਨਿਗਰ